ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਲਟੀ ਟਾਸਕਿੰਗ ਅਰੂ ਵਿੱਚ ਇਹ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਫਰੰਟ ਓਪਨ neck design ਦੀ ਤੇ ਚਲੋ ਦੇਖਦੇ ਹਾਂ ਇਹ ਵਾਲਾ ਡਿਜ਼ਾਈਨ ਬਣਾਉਣ ਲਈ ਜਿਹੜੀ ਅਸੀਂ suit ਦੀ ਕਟਿੰਗ ਆ ਉਹ ਸਿੰਪਲ ਤਰੀਕੇ ਨਾਲ ਹੀ ਕਰਨੀ ਹੁੰਦੀ ਆ ਜੇ ਤੁਸੀਂ ਜਿਹੜਾ frog type suit ਸਿਲਣਾ ਹੈ ਚੋਲੀ ਅਲੱਗ ਸਿਲਣੀ ਆ ਤੇ ਨੀਚੇ ਦਾ ਪੋਰਸ਼ਨ ਅਲੱਗ ਸਿਲਣਾ ਆ ਤਾਂ ਤੁਸੀਂ ਜਿੰਨੀ ਚੋਲੀ ਲਓਗੇ ਉਹ ਤੁਹਾਨੂੰ ਪੂਰੀ ਦੀ ਪੂਰੀ ਅਸੀਂ ਜਿਹੜਾ ਫਰੰਟ ਉਹਦਾ ਪਾਰਟ ਆ ਇਹ ਅਸੀਂ ਵਿੱਚੋਂ ਦੀ ਕੱਟ ਕਰ ਦੇਵਾਂਗੇ ਤੇ ਜੇ ਅਸੀਂ ਜਿਹੜਾ ਆ ਸਿੰਪਲ ਸੂਟ ਸੀਣਾ ਆ ਉਹਦਾ ਫਰੰਟ ਉੱਪਰ neck ਡਿਜ਼ਾਈਨ ਰੱਖਣਾ ਆ ਤੇ ਜਿੰਨਾ ਸਾਨੂੰ ਲੈਂਥ ਓਪਨ ਚਾਹੀਦੀ ਹੈ 14 ਇੰਚ ਜਾਂ 15 ਇੰਚ neck ਤੋਂ ਅਸੀਂ ਉਹਨਾਂ ਜਿਹੜਾ ਆ ਵਿਚੋਂ ਦੀ ਕੱਟ ਲਗਾ ਲਵਾਂਗੇ ਇਹ ਦੇਖੋ ਅਸੀਂ ਦੋ ਪੱਟੀਆਂ ਵੀ ਕੱਟ ਕਰ ਲਈਆਂ ਆ ਤਿੰਨ ਜਾਂ ਸਵਾ 3 ਇੰਚ ਦੀ ਪੱਟੀ ਅਸੀਂ ਲੈਣੀ ਹੈ ਮੈਕਸਿਮਮ ਇਹ ਦੋ ਪੱਟੀਆਂ ਲੈਣੀਆਂ ਜਿੱਡਾ ਲੰਬਾ ਸਾਡਾ ਕੱਟੇ ਆ ਉਸ ਤੋਂ ਇੱਕ ਜਾਂ 1.5 ਇੰਚ ਲੰਬੀ ਜਿਹੜੀ ਹੈ ਇਹ ਅਸੀਂ ਪੱਟੀ ਲੈਣੀ ਆ ਤੇ ਇਹ ਦੇਖੋ ਫਰੰਟ ਪੋਰਸ਼ਨ ਆ ਜਿਹੜਾ ਇਹਨੂੰ ਅਸੀਂ ਸਿੱਧਾ ਕਰਕੇ ਰੱਖ ਲਵਾਂਗੇ ਇਹਦੇ ਵਿੱਚ ਜਿਹੜੀ ਆ ਅਸੀਂ ਰਾਈਟ ਸਾਈਡ ਜਿਹੜੀ ਆ ਉਹ ਬਟਨਸ ਦੀ ਓਪਨਿੰਗ ਲਈ 홀 ਬਣਾਵਾਂਗੇ ਤੇ ਜਿਹੜੀ ਲੈਫਟ ਸਾਈਡ ਆ ਉਸ ਸਾਈਡ ਅਸੀਂ ਬਟਨ ਲਗਾਵਾਂਗੇ ਤੇ ਜਿਹੜੀ ਅਸੀਂ ਰਾਈਟ ਸਾਈਡ ਇਹ ਆ ਉਸ ਸਾਈਡ ਜਿਹੜੀ ਅਸੀਂ ਪੱਟੀ ਆ ਉਹ ਅਸੀਂ ਅੰਦਰੋਂ ਦੀ ਹੁੰਦੇ ਹੋਏ ਬਾਹਰ ਦੀ ਲਗਾਣੀ ਆ ਮਤਲਬ ਕਿ ਅੰਦਰੋਂ ਦੀ ਲਗਾ ਕੇ ਉਹਨੂੰ ਬਾਹਰ ਨੂੰ ਅਸੀਂ ਪਲਟਣਾ ਆ ਤੇ ਜਿਹੜੀ ਆ ਲੈਫਟ ਸਾਈਡ ਅਸੀਂ ਪੱਟੀ ਲਗਾਣੀ ਆ ਉਹਨੂੰ ਅਸੀਂ ਬਾਹਰੋਂ ਦੀ ਲਗਾ ਕੇ ਅੰਦਰ ਨੂੰ ਪਲਟਣਾ ਤੇ ਉਹਦੀ ਜਿਹੜੀ ਚੌੜਾਈ ਆ ਉਹ ਘੱਟ ਰੱਖਣੀ ਆ ਦੇਖੋ ਇਸ ਤਰ੍ਹਾਂ ਅਸੀਂ ਹੁਣ ਪੱਟੀ ਨੂੰ نیچےੋਂ ਦੀ ਉੱਪਰ ਨੂੰ ਰੱਖ ਲਵਾਂਗੇ ਪੱਟੀ ਨੂੰ ਹਮੇਸ਼ਾ ਅਸੀਂ نیچےੋਂ ਦੀ ਉੱਪਰ ਨੂੰ ਰੱਖਣਾ ਕਿਉਂਕਿ ਉੱਪਰੋਂ ਸਾਡਾ ਨੈੱਕ ਬਨਣਾ ਹੁੰਦਾ ਆ ਜੇ ਪੱਟੀ ਉੱਪਰ ਘੱਟ ਵੀ ਜਾਊਗੀ ਤਾਂ ਉੱਪਰੋਂ ਨੈੱਕ ਦੀ ਕਟਿੰਗ ਹੋ ਜਾਊਗੀ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਪਾਊਗਾ ਨੇ نیچےੋਂ ਜਿਹੜੀ ਪੱਟੀ ਆ ਸਾਨੂੰ ਬਰਾਬਰ ਚਾਹੀਦੀ ਆ ਇਸੇ ਤਰ੍ਹਾਂ ਸੀਨ ਨੂੰ ਪੱਕਾ ਕਰਦੇ ਹੋਏ ਅਸੀਂ ਜਿਹੜੀ ਆ ਇੱਕ ਪੈਰ ਦਾ ਮਾਰਜਨ ਰੱਖਦੇ ਹੋਏ ਸਾਰੀ ਪੱਟੀ ਜਿਹੜੀ ਆ ਇਹ ਲਗਾ ਲਵਾਂਗੇ ਦੇਖੋ ਪੱਟੀ ਸਾਡੀ ਲੱਗ ਚੁੱਕੀ ਆ ਤੇ ਜਿਹੜੀ ਇਹ ਵਾਲੀ ਪੱਟੀ ਅਸੀਂ ਲਗਾਈ ਆ ਇਹ ਅਸੀਂ ਰਾਈਟ ਸਾਈਡ ਤੇ ਲਗਾਈ ਆ ਇਸ ਪੱਟੀ ਨੂੰ ਅਸੀਂ ਸਿੱਧਾ ਕਰ ਲਵਾਂਗੇ ਦੇਖੋ ਇਹ ਜਿਹੜਾ ਅਸੀਂ ਪੋਰਸ਼ਨ ਹੈ ਰਾਈਟ ਸਾਈਡ ਵਾਲਾ ਉਹ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੀ ਸਾਡਾ ਆਰਮਹੋਲ ਆ ਇਹ ਰਾਈਟ ਸਾਈਡ ਵਾਲਾ ਆ ਫਰੰਟ ਤੋਂ ਤੇ ਇਹਨੂੰ ਅਸੀਂ ਫਰੰਟ ਦੀ ਤਰਫ ਕਰਕੇ ਇਹਦੇ ਉੱਪਰ ਇੱਕ ਨਾਖੂਨ ਜਿਹੜੀ ਆ ਉਹ ਤੀਜੀ ਬਣਾ ਲਾਂਗੇ ਜਿਹਨਾਂ ਜਿਹੜੀ ਸਿਲਾਈ ਆ ਉਹ ਚੰਗੀ ਤਰ੍ਹਾਂ ਬੈਠ ਜੂਗੇ ਇਸੇ ਤਰ੍ਹਾਂ ਲਗਾਉਂਦੇ ਹੋਏ ਸਾਰੀ ਪੱਟੀ ਨੂੰ ਅਸੀਂ ਪਲਟ ਲਵਾਂਗੇ ਬਾਹਰ ਨੂੰ ਹੁਣ ਪੱਟੀ ਨੂੰ ਪਲਟਣ ਤੋਂ ਬਾਅਦ ਅਸੀਂ ਇਹਨੂੰ ਬਿਲਕੁਲ ਜਿੱਥੇ ਕਿਨਾਰੇ ਤੇ ਸੀਨ ਲੱਗੀ ਹੋਈ ਹੈ ਸਾਡੀ ਸਿਲਾਈ ਲਗਾਈ ਹੈ ਅਸੀਂ ਕਿਨਾਰੇ ਤੇ ਉਸ ਕਿਨਾਰੇ ਤੋਂ ਫੜਦੇ ਹੋਏ ਸਿੱਧੇ ਖਿੱਚ ਲੈਣਾ ਹੈ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਖਿੱਚਦੇ ਹੋਏ ਅਸੀਂ ਉਹਦੇ ਉੱਪਰ ਪ੍ਰੈਸ ਵੀ ਲਗਾ ਸਕਦੇ ਹਾਂ ਨਹੀਂ ਤਾਂ ਤੁਸੀਂ ਆਪਣੇ ਹੱਥ ਨਾਲ ਜਿਹੜਾ ਹੈ ਇਹਨੂੰ ਬਿਠਾ ਲਿਓ ਚੰਗੀ ਤਰ੍ਹਾਂ ਹੁਣ ਜਿਹੜੇ ਉੱਪਰ ਅਸੀਂ ਸੀਨ ਲਗਾਈ ਆ ਜਿੱਥੇ ਅਸੀਂ ਸੀਨ ਲਗਾਈ ਆ ਉੱਥੇ ਸਿਰਫ ਥੋੜਾ ਥੋੜਾ ਕੱਪੜਾ ਫੋਲਡ ਕਰਦੇ ਹੋਏ ਅਸੀਂ ਜਿਹੜੀ ਆ ਉਹ ਪੱਟੀ ਫੋਲਡ ਕਰਨੀ ਆ ਅਸੀਂ ਜਿਹੜੀ ਆ 3 ਸਵਾ 3 ਇੰਚ ਦੀ ਪੱਟੀ ਲਈ ਸੀ ਹੁਣ ਇਹ ਪੱਟੀ ਦਾ ਜਿਹੜਾ ਹਾਫ ਪੋਰਸ਼ਨ ਆ ਅਸੀਂ ਉੱਥੋਂ ਪੱਟੀ ਨੂੰ ਬਿਲਕੁਲ ਫੋਲਡ ਕਰ ਲੈਣਾ ਤੇ ਜਿਹੜੀ ਸਾਡੇ ਕੋਲ 1.5 ਇੰਚ ਦੀ ਪੱਟੀ ਰਹਿ ਜਾਊਗੀ ਤੇ ਇਹ ਅੱਧਾ ਇੰਚ ਅੰਦਰ ਨੂੰ ਜਾਣ ਤੋਂ ਬਾਅਦ ਜਿਹੜੀ ਆ 1 ਇੰਚ ਦੀ ਟੋਟਲ ਪੱਟੀ ਜਿਹੜੀ ਆ ਬਾਹਰ ਰਹਿ ਜਾਊਗੀ ਦਿਖੋਗੀ ਸਾਨੂੰ ਮਤਲਬ ਜਿਹੜੀ ਆ ਉਹ ਅੱਧਾ ਇੰਚ ਅਸੀਂ ਅੰਦਰ ਨੂੰ ਫੋਲਡ ਕਰ ਦੇਣੀ ਆ ਤੇ ਇਸੇ ਤਰ੍ਹਾਂ ਫੋਲਡ ਕਰਦੇ ਹੋਏ ਜਿਹੜੀ ਅਸੀਂ ਸਿਲਾਈ ਲਗਾਣੀ ਆ ਉਹ ਜਿਹੜੀ ਅਸੀਂ ਪਹਿਲਾਂ ਕੱਪੜੇ ਨੂੰ ਜੋੜਨ ਦੇ ਲਈ ਪੱਟੀ ਦੇ ਨਾਲ ਲਗਾਈ ਸੀ ਸिलाई ਉਹ ਵਾਲੀ ਸिलाई ਦੇ ਬਿਲਕੁਲ ਉੱਪਰ ਤੋਂ ਉੱਪਰ ਫੋਲਡ ਕਰਦੇ ਹੋਏ ਅਸੀਂ ਸिलाई ਲਗਾਣੀ ਆ ਤਾਂ ਕਿ ਜਿਹੜੀ ਸਾਡੀ ਅਸੀਂ ਕੱਪੜਾ ਜੋੜਨ ਨੂੰ ਸिलाई ਲਗਾਈ ਆ ਉਹ ਸिलाई ਸਾਡੀ ਇਹਦੇ ਅੰਦਰ ਛੁੱਪ ਜਾਵੇ ਬਿਲਕੁਲ ਧਿਆਨ ਨਾਲ ਕੱਪੜੇ ਨੂੰ ਰੱਖਦੇ ਹੋਏ ਹੌਲੀ-ਹੌਲੀ ਸिलाई ਦੇ ਉੱਪਰ ਸिलाई ਲਗਾ ਦੇਣੀ ਆ ਜਿਹਦੇ ਨਾਲ ਕੀ ਆ ਫਿਨਿਸ਼ਿੰਗ 'ਚ ਸਾਡੀ ਸिलाई ਲੱਗੂਗੀ ਅਸੀਂ ਕੰਮ ਕਰਨ 'ਚ ਜ਼ਿਆਦਾ ਕਾਲੀ ਨਹੀਂ ਕਰਨੀ ਹੈ ਕਿ ਜਿੰਨੇ ਅਸੀਂ ਥੋੜਾ ਠਹਿਰ ਕੇ ਕੰਮ ਕਰਾਂਗੇ ਸਬਰ ਨਾ ਉੰਨਾ ਸਾਡਾ ਕੰਮ ਜਿਹੜਾ ਸਫਾਈ ਨਾ ਹੋਊਗਾ ਇਸੇ ਤਰ੍ਹਾਂ ਸਾਰਾ ਫੋਲਡ ਕਰਦੇ ਹੋਏ ਅਸੀਂ ਇਹਦੇ ਉੱਪਰ ਸਿਲਾਈ ਲਗਾ ਦਾਂਗੇ ਇਸ ਦੇ ਨਾਲ ਨਾਲ ਜੇ ਤੁਸੀਂ ਸਾਡੇ ਸਾਈਡ ਚੈਨਲ ਤੇ ਨਵੇਂ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਸਾਨੂੰ ਹੋਰ ਵੀ ਸੁਜੈਸ਼ਨ ਦੇ ਕੇ ਦੱਸਿਆ ਕਰੋ ਕਿ ਅਸੀਂ ਤੁਹਾਡੇ ਲਈ ਆਉਣ ਵਾਲੇ ਦਿਨਾਂ ਚ ਕਿਦਾਂ ਦੀਆਂ ਵੀਡੀਓ ਲੈ ਕੇ ਆਈਏ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜਿਹਦੇ ਨਾਲ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੂਗੀ ਦੇਖੋ ਜਿਹੜੀ ਪੱਟੀ ਹੈ ਸਾਡੀ ਲੱਗ ਚੁੱਕੀ ਹੈ ਤੇ ਦੇਖੋ ਜਿਹੜੀ ਪੱਟੀ ਹੈ ਦੇਖਣ ਨੂੰ ਕਿੰਨੀ ਸਫਾਈ ਨਾਲ ਲੱਗ ਰਹੀ ਹੈ ਤੇ ਜਿਹੜੇ ਅਸੀਂ ਕੱਪੜੇ ਦਾ ਜੋੜ ਪਾਇਆ ਸੀ ਉਹ ਵੀ ਜਿਹੜਾ ਬਿਲਕੁਲ ਇਹਦੇ ਵਿੱਚ ਪਤਾ ਨਹੀਂ ਚੱਲ ਰਿਹਾ ਕਿ ਅਸੀਂ ਕਿੱਦਾਂ ਲਗਾਇਆ ਸੀ ਇਸੇ ਤਰ੍ਹਾਂ ਸਾਡੀ ਇਹ 1 ਇੰਚ ਦੀ ਪੱਟੀ ਲੱਗੀ ਹੋਈ ਹੈ ਇਸੇ ਤਰ੍ਹਾਂ ਅਸੀਂ ਦੂਸਰੀ ਪੱਟੀ ਵੀ ਲਗਾ ਲਾਂਗੇ ਦੇਖੋ ਹੁਣ ਜਿਹੜਾ ਮੈਂ ਲੈਫਟ ਸਾਈਡ ਹੈ ਜਿਹੜੀ ਉਹ ਲੈ ਲਈ ਆ ਹੁਣ ਇਹਦੇ ਉੱਪਰ ਅਸੀਂ ਪਹਿਲਾਂ ਸਿੱਧੀ ਰੱਖ ਕੇ ਪੱਟੀ ਲਗਾਵਾਂਗੇ ਜਿਹੜੇ ਅਸੀਂ ਰਾਈਟ ਸਾਈਡ 'ਤੇ ਲਗਾਈ ਸੀ ਪੱਟੀ ਉਹ ਅਸੀਂ ਉਲਟੀ ਸਾਈਡ ਰੱਖ ਕੇ ਪੱਟੀ ਸਿੱਧੀ ਸਾਈਡ ਨੂੰ ਫੋਲਡ ਕੀਤੀ ਸੀ ਲੈਫਟ ਸਾਈਡ ਦੀ ਪੱਟੀ ਜਿਹੜੀ ਆ ਇਹ ਅਸੀਂ ਸਿੱਧੀ ਸਾਈਡ ਰੱਖ ਕੇ ਉਲਟੀ ਸਾਈਡ ਨੂੰ ਜਿਹੜੀ ਐ ਫੋਲਡ ਕਰਾਂਗੇ ਤਰ੍ਹਾਂ ਹੀ ਸਾਰੇ ਉੱਪਰ ਸਿਲਾਈ ਲਗਾ ਲਵਾਂਗੇ ਇਹ ਜਿਹੜਾ ਡਿਜ਼ਾਈਨ ਆ ਬਹੁਤ ਹੀ ਈਜ਼ੀ ਵੇ ਨਾ ਬਣ ਸਕਦਾ ਬਸ ਇਹਦੇ ਵਿੱਚ ਜਿਹੜਾ ਥੋੜਾ ਧਿਆਨ ਰੱਖਣ ਦੀ ਲੋੜ ਹੁੰਦੀ ਆ ਕਿ ਜਿਹੜੀ ਸਿਲਾਈ ਆ ਉਹ ਅਸੀਂ ਬਿਲਕੁਲ ਫਿਨਿਸ਼ਿੰਗ ਨਾ ਲਗਾਈਏ ਜਿਹਦੇ ਵਿੱਚ ਦੇਖਣ ਨੂੰ ਵੀ ਸੋਹਣਾ ਲੱਗੇ ਦੇਖੋ ਹੁਣ ਅਸੀਂ ਸਾਰੀ ਸਿਲਾਈ ਲਗਾ ਲਈ ਹੈ ਇਹ ਇਸ ਤਰ੍ਹਾਂ ਸੀ ਫਸਟ ਜਿਹੜਾ ਹੈ ਰਾਈਟ ਸਾਈਡ ਸੀਗੀ ਉਹਨੂੰ ਫੋਲਡ ਕੀਤਾ ਸੀ ਇਸੇ ਤਰ੍ਹਾਂ ਅਸੀਂ ਇਹਨੂੰ ਪਹਿਲਾਂ ਉਂਗਲੀ ਨਾਲ ਥੋੜਾ ਜਿਹਾ ਪ੍ਰੈਸ ਕਰ ਲਵਾਂਗੇ ਤਾਂ ਕਿ ਕੱਪੜਾ ਬੈਠ ਜਾਵੇ ਸਿਲਾਈ ਜਿਹੜੀ ਹੈ ਸਾਡੀ ਉਠੀ ਉਠੀ ਥੋੜੀ ਨਾ ਲੱਗੇ ਤੇ ਇਹਨੂੰ ਅਸੀਂ ਪ੍ਰੈਸ ਵੀ ਕਰ ਸਕਦੇ ਹਾਂ ਤੇ ਇਸੇ ਤਰ੍ਹਾਂ ਇਹਨੂੰ ਕਰਕੇ ਇਸ ਨੂੰ ਅਸੀਂ ਅੰਦਰ ਨੂੰ ਫੋਲਡ ਕਰ ਦਵਾਂਗੇ ਜਿਸ ਤਰ੍ਹਾਂ ਅਸੀਂ ਰਾਈਟ ਹੈ ਸਾਈਡ ਦਾ ਜਿਹੜਾ ਆ ਉਹ ਥੋੜਾ ਜਿਆਦਾ ਰੱਖਿਆ ਸੀ ਫੋਲਡਿੰਗ ਉਹ ਸਿਰਫ ਅਸੀਂ ਮਾਰਜਨ ਥੋੜਾ ਥੋੜਾ ਅੰਦਰ ਨੂੰ ਫੋਲਡ ਕੀਤਾ ਸੀ ਇਹਦੇ ਵਿੱਚ ਅਸੀਂ ਜਿਆਦਾ ਜਿਹੜਾ ਮਾਰਜਨ ਹੈ ਅੰਦਰ ਨੂੰ ਫੋਲਡ ਕਰਕੇ ਰੱਖਾਂਗੇ ਤੇ ਬਸ ਅਸੀਂ ਥੋੜੀ ਛੋਟੀ ਪੱਟੀ ਰੱਖਾਂਗੇ ਬਾਹਰ ਲਈ ਜਿਹਦੇ ਉੱਤੇ ਸਾਡੇ ਬਟਨ ਜਿਹੜੇ ਆ ਉਹ ਲੱਗ ਜਾਣ ਉੰਨੀ ਕੀ ਰੱਖਾਂਗੇ ਜਿੰਨੀ ਸਾਡੇ ਬਟਨ ਲੱਗਣ ਲਈ ਸਫੀਸ਼ੀਐਂਟ ਹੋਵੇ ਇਸੇ ਤਰ੍ਹਾਂ ਅਸੀਂ ਇਸ ਨੂੰ ਵੀ ਫੋਲਡ ਕਰਕੇ ਸਿਲਾਈ ਦੇ ਉੱਪਰ ਸਿਲਾਈ ਰੱਖਦੇ ਹੋਏ ਇਹਨੂੰ ਜਿਹੜਾ ਹੈ ਸਿਲਾਈ ਲਗਾ ਲਵਾਂਗੇ ਇਹਦੀ ਵੀ ਸਿਲਾਈ ਅਸੀਂ ਇਸੇ ਤਰ੍ਹਾਂ ਫਿਨਿਸ਼ਿੰਗ ਨਾਲ ਲਗਾਣੀ ਹੈ ਅਸੀਂ ਇਹਨੂੰ ਪਹਿਲਾਂ ਬਿਲਕੁਲ ਚੰਗੇ ਤਰ੍ਹਾਂ ਠੀਕ ਕਰਕੇ ਰੱਖ ਲਵਾਂਗੇ ਤੇ ਫਿਰ ਇਹਦੇ ਉੱਪਰ ਜਿਹੜੀ ਆ ਸਿਲਾਈ ਲਗਾਵਾਂਗੇ ਤੁਸੀਂ ਚਾਹੋ ਤਾਂ ਪਹਿਲਾਂ ਇਹਨੂੰ ਫੋਲਡ ਕਰਕੇ ਇਹਦੇ ਉੱਪਰ ਪ੍ਰੈਸ ਵੀ ਲਗਾ ਸਕਦੇ ਹੋ ਤੇ ਉਸ ਤੋਂ ਉੱਪਰ ਜਿਹੜੀ ਸਿਲਾਈ ਲਗਾ ਸਕਦੇ ਹੋ ਉਹਦੇ ਨਾਲ ਕੰਮ ਜਿਹੜਾ ਥੋੜਾ ਆਸਾਨ ਹੋ ਸਕਦਾ ਹੈ ਤੇ ਜੇ ਤੁਸੀਂ ਸਿਲਾਈ ਲਗਾਉਣ ਦੇ ਵਿੱਚ ਐਕਸਪਰਟ ਹੋ ਤੇ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਜਿਹੜੇ ਬਿਗినਰ ਆ ਉਹ ਇਦਾਂ ਫੋਲਡ ਕਰਕੇ ਇਹਦੇ ਉੱਪਰ ਪਿੰਸ ਲਗਾ ਕੇ ਵੀ ਉਸ ਤੋਂ ਬਾਅਦ ਸਿਲਾਈ ਲਗਾ ਸਕਦੇ ਆ ਉਹਦੇ ਨਾਲ ਕੰਮ ਥੋੜਾ ਆਸਾਨ ਹੋ ਜਾਂਦਾ ਹੈ ਤੇ ਜਿਹੜੀ ਸਿਲਾਈ ਆ ਉਹ ਵਧੀਆ ਤਰ੍ਹਾਂ ਫਿਨਿਸ਼ਿੰਗ ਨਾਲ ਲੱਗਦੀ ਆ। ਪਰ ਅਸੀਂ ਸਾਰੀ ਸਿਲਾਈ ਲਗਾ ਲਵਾਂਗੇ। ਉਹ ਜਿਹੜੀ ਸਾਡੀ ਸਾਰੀ ਸਿਲਾਈ ਹੈ ਲੱਗ ਚੁੱਕੀ ਆ। ਜਿਹੜੀ ਸਾਡੀ ਰਾਈਟ ਹੈਂਡ ਸਾਈਡ ਵਾਲਾ ਆ ਉਹਦੀ ਪੱਲੇ ਦੀ ਪੱਟੀ ਜਿਹੜੀ ਆ ਲੈਫਟ ਸਾਈਡ ਤੋਂ ਜਿਹੜੀ ਥੋੜੀ ਜਿਆਦਾ ਚੌੜਾਈ ਆ। ਜਿਹੜੀ ਚੌੜੀ ਪੱਟੀ ਆ ਇਹਨੂੰ ਅਸੀਂ ਲੈਫਟ ਸਾਈਡ ਦੇ ਉੱਪਰ ਰੱਖ ਦਵਾਂਗੇ। ਮੀਨਜ਼ ਇਹਨੂੰ ਓਵਰਲੈਪ ਕਰ ਦਵਾਂਗੇ ਇਹਦੇ ਉੱਪਰ। ਕਿਉਂਕਿ ਜਿਹੜਾ ਆ ਲੈਫਟ ਸਾਈਡ ਤੇ ਅਸੀਂ ਬਟਨ ਲਗਾਉਣੇ ਆ। ਤੇ ਰਾਈਟ ਸਾਈਡ ਤੇ ਅਸੀਂ ਜਿਹੜਾ ਆ ਬਟਨਸ ਦੇ 홀 ਬਣਾਉਣੇ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਹੁੱਕ ਵੀ ਲਗਾ ਸਕਦੇ ਹੋ ਤੇ ਜਾਂ ਤੁਸੀਂ ਇਹਦੇ ਵਿੱਚ ਟਿਚ ਬਟਨ ਜਿਹੜੇ ਹੁੰਦੇ ਉਹ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਇਹਨੂੰ ਅਸੀਂ ਓਵਰਲੈਪ ਕਰਦੇ ਹੋਏ ਇੱਥੇ ਇੱਕ ਕੱਚੇ ਟਾਂਕੇ ਦੀ ਪੂਰੀ ਸਿਲਾਈ ਲਗਾ ਲੈਣੀ ਆ ਸਾਰੇ ਤੇ ਤੇ ਜਿਹੜੇ ਨੀਚੇ ਉਹਨੂੰ ਪੱਕਾ ਕਰਦੇ ਹੋਏ ਉਹ ਨੀਚੇ ਵੀ ਸਿਲਾਈ ਲਗਾ ਲੈਣੀ ਆ ਜਿਹੜੀ ਕੱਚੇ ਟਾਂਕੇ ਵਾਲੀ ਸਿਲਾਈ ਲਗਾਣੀ ਆ ਉਹਨੂੰ ਅਸੀਂ ਬਾਅਦ ਵਿੱਚ ਉਧੇੜ ਦਵਾਂਗੇ ਇਸ ਤਰ੍ਹਾਂ ਇਹਨੂੰ ਓਵਰਲੈਪ ਕਰਕੇ ਤੇ ਉੱਪਰ ਚੰਗੀ ਤਰ੍ਹਾਂ ਰੱਖ ਲੈਣਾ ਤੇ ਪਿੰਜ ਵੀ ਲਗਾ ਸਕਦੇ ਹੋ ਇਹਨੂੰ ਇਧਰ ਰੱਖਣ ਦੇ ਲਈ ਦੇਖੋ ਹੁਣ ਅਸੀਂ ਇਹਨੂੰ ਇਹਦੇ ਉੱਪਰ ਰੱਖਦੇ ਹੋਏ ਸਿਲਾਈ ਜਿਹੜੀ ਆ ਲਗਾ ਲਵਾਂਗੇ ਇਹ ਅਸੀਂ ਜਿਹੜੀ ਆ ਕੱਚੇ ਟਾਂਕੇ ਦੀ ਸਿਲਾਈ ਲਗਾਣੀ ਆ ਕਿਉਂਕਿ ਅਸੀਂ ਇਹ ਸਿਲਾਈ ਬਾਅਦ ਵਿੱਚ ਜਿਹੜੀ ਆ ਉਹ ਢੇੜ ਦੇਣੀ ਆ ਜਿਹੜੇ ਟਾਂਕੇ ਦੀ ਸਿਲਾਈ ਲਗਾਉਣ ਤੋਂ ਬਾਅਦ ਅਸੀਂ ਜਿਹੜੀ ਆ ਪੱਟੀਆਂ ਨੂੰ ਜਿੱਥੋਂ نیچےੋਂ ਆ ਅਸੀਂ ਉੱਥੋਂ ਪੱਕੀ ਸਿਲਾਈ ਲਗਾ ਕੇ ਇਹਦਾ ਜੋੜ ਜਿਹੜਾ ਆ ਉਹ ਪੱਕਾ ਕਰ ਲੈਣਾ ਤੇ ਇਹ ਵਾਲੀ ਸਿਲਾਈ ਅਸੀਂ ਬਾਅਦ ਵਿੱਚ ਨਹੀਂ ਉਡੇੜਾਂਗੇ ਦੇਖੋ ਸिलाई ਸਾਡੀ ਲੱਗ ਚੁੱਕੀ ਆ ਤੇ ਹੁਣ ਅਸੀਂ ਇਹਨੂੰ ਬਿਲਕੁਲ ਵਿਚੋ ਵਿਚੀ ਫੋਲਡ ਕਰਦੇ ਹੋਏ ਜਿਹੜੀ ਆ neck ਦੀ ਕਟਿੰਗ ਕਰ ਲਵਾਂਗੇ neck ਤੁਸੀਂ ਚਾਹੋ ਆਪਣੇ ਹਿਸਾਬ ਨਾਲ ਜਿੱਦਾਂ ਦਾ ਤੁਹਾਨੂੰ ਪਸੰਦ ਹੋਵੇ ਉਸ ਤਰ੍ਹਾਂ ਦਾ ਬਣਾ ਸਕਦੇ ਹੋ ਮੈਂ ਇਹਦੇ ਵਿੱਚ ਬੋਟ neck ਦੀ ਕਟਿੰਗ ਕਰਨੀ ਆ ਤੇ ਅਸੀਂ ਜਿਹੜੇ ਆ ਫਰੰਟ ਤੇ ਬੈਕ ਪੱਲੇ ਨੂੰ ਇੱਕ ਬਰਾਬਰ ਰੱਖ ਲੈਣਾ ਤੇ ਇਹਦੇ ਵਿੱਚ ਕਟਿੰਗ ਕਰਕੇ ਤੇ ਅਸੀਂ ਉਹ ਰੇ ਪੱਟੀ ਲਗਾ ਦਵਾਂਗੇ ਅਸੀਂ ਇਹਨੂੰ ਵਿਚੋ ਵਿਚ ਦੀ ਫੋਲਡ ਕਰਨਾ ਆ ਜਿਹੜਾ ਆ ਸ਼ੋਲਡਰ ਦੀ ਕਟਿੰਗ ਆ ਉਹਦੇ ਨਾਲ ਪੂਰੀ ਕਟਿੰਗ ਨੂੰ ਮੈਚ ਕਰਕੇ ਵਿਚੋਂ ਦੀ ਫੋਲਡ ਕਰਕੇ ਤੇ ਜਿਹੜੀ ਪੱਟੀ ਅਸੀਂ ਲਗਾਈ ਆ ਉਹਨੂੰ ਵੀ ਚੰਗੀ ਤਰ੍ਹਾਂ ਜਿਹੜਾ ਫੋਲਡ ਕਰ ਲਵਾਂਗੇ ਤਾਂ ਕਿ ਜਿਹੜਾ ਸਾਡਾ ਨੈੱਕ ਆ ਉਹ ਬਿਲਕੁਲ ਫਿਨਿਸ਼ਿੰਗ ਨਾਲ ਕਟਿੰਗ ਹੋਵੇ ਤੇ ਇਹਨੂੰ ਅਸੀਂ ਦੇਖੋ ਫੋਲਡ ਕਰਕੇ ਰੱਖ ਲਿਆ ਇਹਦੇ ਉੱਪਰ ਹੁਣ ਅਸੀਂ ਬੈਕ ਪੱਲਾ ਰੱਖ ਲਵਾਂਗੇ ਕਿਉਂਕਿ ਇਹਦੇ ਉੱਤੇ ਜੇ ਅਸੀਂ ਨਿਸ਼ਾਨ ਲਗਾਵਾਵਾਂਗੇ ਤੇ ਉਹ ਸਹੀ ਨਹੀਂ ਲੱਗੂਗਾ ਬੈਕ ਪੱਤੇ ਤੇ ਜੇ ਲਗਾਵਾਂਗੇ ਤੇ ਉਹਦੇ ਵਿੱਚ ਸਹੀ ਤਰ੍ਹਾਂ ਲੱਗ ਜਾਊਗਾ ਬੈਕ ਪੱਲਾ ਮੇਰੇ ਉੱਪਰ ਹਾ ਕੇ ਜਿਹੜਾ ਮੈਂ ਬੋਟ ਨੈੱਕ ਦੀ ਕਟਿੰਗ ਕਰ ਲੂੰਗੀ ਮੈਂ ਇੱਕ ਵਾਰ ਫੇਰ ਕਹੂੰਗੀ ਤੁਸੀਂ ਜਿਹੜਾ ਨੈੱਕ ਹੈ ਤੁਸੀਂ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਜਿਸ ਤਰ੍ਹਾਂ ਦਾ ਤੁਸੀਂ ਬਣਾਉਣਾ ਚਾਹੋ ਨੈੱਕ ਦੀ ਕਟਿੰਗ ਕਰਨ ਤੋਂ ਬਾਅਦ ਜਿਹੜੀ ਅਸੀਂ ਇਹਦੇ ਉੱਤੇ ਕੱਚੇ ਟਾਂਕੇ ਵਾਲੀ ਸਿਲਾਈ ਲਗਾਈ ਆ ਉਹਨੂੰ ਅਸੀਂ ਹਟਾ ਦੇਵਾਂਗੇ ਤੇ ਇਹਦੇ ਨਾਲ ਜਿਹੜਾ ਸਾਡਾ ਫਰੰਟ ਓਪਨ ਆ ਜਿਹੜਾ ਉਹ ਹੋ ਜਾਊਗਾ ਤੇ ਫਿਰ ਅਸੀਂ ਜਿਹੜੇ ਆ ਸ਼ੋਲਡਰ ਜਿਹੜੇ ਉੱਪਰੋਂ ਜੋੜ ਲਵਾਂਗੇ ਸ਼ੋਲਡਰ ਜੋੜਨ ਤੋਂ ਬਾਅਦ ਗੱਲੇ ਦੇ ਉੱਪਰ ਅਸੀਂ ਓਰੇ ਪੱਟੀ ਲਗਾ ਲੈਣੀ ਆ ਤੇ ਓਰੇ ਪੱਟੀ ਨੂੰ ਫੋਲਡ ਕਰਨ ਤੋਂ ਬਾਅਦ ਸਾਡੀ ਜਿਹੜਾ ਫਰੰਟ ਓਪਰ ਨੈੱਕ ਡਿਜ਼ਾਈਨ ਰੈਡੀ ਹੋ ਜਾਊਗਾ ਅਸੀਂ ਉਹਦੇ ਉੱਤੇ ਬਟਨ ਲਗਾ ਲਵਾਂਗੇ ਤੁਸੀਂ ਚਾਹੋ ਤਾਂ ਬਟਨ ਵੀ ਲਗਾ ਸਕਦੇ ਹੋ ਜਾਂ ਤੁਸੀਂ ਚਾਹੋ ਤਾਂ ਹੁੱਕ ਵਗੈਰਾ ਜੋ ਵੀ ਤੁਹਾਨੂੰ ਪਸੰਦ ਹੋਵੇ ਉਹ ਲਗਾ ਸਕਦੇ ਹੋ ਫਰੇ ਪੱਟੀ ਲਗਾ ਦੇ ਨਾਲ ਜਿਹੜਾ ਸਾਡਾ ਡਿਜ਼ਾਈਨ ਉਹ ਬਣ ਜਾਊਗਾ ਗਲੇ ਦਾ ਤੇ ਜਿਹੜੇ ਅਸੀਂ ਸ਼ੋਲਡਰ ਜੋੜੇ ਆ ਉਹਦਾ ਕੱਪੜਾ ਅਸੀਂ ਬਿਲਕੁਲ ਬੈਕ ਸਾਈਡ ਨੂੰ ਹੀ ਰੱਖਣਾ ਹੈ ਤੇ ਐਕਸਟਰਾ ਕੱਪੜਾ ਕੱਟ ਕਰਕੇ ਅਸੀਂ ਇਹਦੇ ਵਿੱਚ ਕੱਟ ਲਗਾ ਲਵਾਂਗੇ ਕੱਟ ਲਗਾਉਣ ਤੋਂ ਬਾਅਦ ਅਸੀਂ ਜਿਹੜਾ ਇਹ ਉਹ ਰੇਪ ਪੱਟੀ ਨੂੰ ਫੋਲਡ ਕਰਕੇ ਇਹਦੇ ਉੱਪਰ ਸਿਲਾਈ ਲਗਾ ਦੇਵਾਂਗੇ ਇਹ ਦੇਖੋ ਸਾਡਾ ਫਰੰਟ ਉੱਪਰ ਨੱਕ ਜਿਹੜਾ ਬਣ ਕੇ ਰੈਡੀ ਆ ਜਿਹਦੇ ਉੱਪਰ ਅਸੀਂ ਬਟਨ ਲਗਾ ਲਵਾਂਗੇ ਤੇ ਇੱਥੇ ਬਟਨਸ ਲਗਾਣ ਲਈ ਹੋਲ ਬਣਾ ਲਵਾਂਗੇ ਤੇ ਅਸੀਂ ਸਾਈਡ ਦੀ ਫਿਟਿੰਗ ਕਰਕੇ ਸਾਡੀ ਸ਼ਰਟ ਜਿਹੜੀ ਆ ਉਹ ਰੈਡੀ ਹੋ ਚੁਗੀ ਬਾਹੂ ਵਗੈਰਾ ਲਗਾ ਕੇ ਦੇਖੋ ਮੈਂ ਸ਼ਰਟ ਮੇਰੀ ਰੈਡੀ ਹੈ ਮੈਂ ਫਰੌਕ ਟਾਈਪ ਬਣਾਈ ਹੋਈ ਹੈ ਤੇ ਇਹਦੇ ਜਿਹੜੇ ਮੈਂ ਦੇਖੋ ਬਟਨਸ ਦੇ ਹੋਲ ਬਣਾਏ ਆ ਤੇ ਇਸ ਤਰ੍ਹਾਂ ਬਟਨ ਲਗਾ ਕੇ ਸਾਡਾ ਨੈੱਕ ਜਿਹੜਾ ਉਹ ਬਣ ਚੁੱਕਿਆ ਹੈ ਜੇ ਤੁਸੀਂ ਇਹ ਪੂਰੀ ਸ਼ਰਟ ਦੀ ਕਟਿੰਗ ਔਰ ਸਟੀਚਿੰਗ ਦੇਖਣਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਸਾਡੇ ਚੈਨਲ ਤੇ ਤੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਕਰਨਾ ਨਾ ਭੁੱਲਿਓ ਥੈਂਕ ਯੂ